गुड मॉर्निंग सारे ਸਤਿ ਸ਼੍ਰੀ ਅਕਾਲ ਆਸ ਕਰਦੇ ਸਾਰੇ ਨੇ ਬਹੁਤ ਵਧੀਆ ਹੋਗੇ ਤੇ ਸ਼ੁਰੂ ਕਰਦੇ ਅੱਜ ਦਾ ਵਲੌਗ ਤੇ ਹੁਣ ਆਪਾਂ ਬਣਾਵਾਂਗੇ ਚਾਹ ਸਵੇਰ ਦੇ ਵੱਜ ਚੁੱਕੇ ਆ 8:30 ਚਾਹ ਬਣਾਵਾਂਗੇ ਬੜੀ ਨੂੰ ਦਹੀਂ ਪਾਉਣਾ ਆ ਪਿਆਰੀ ਜੀ ਚਾਹ ਦੇ ਨਾਲ ਸਵੇਰ ਜੀ ਮਾਰਨਿੰਗ ਦੇ ਨਾਲ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਟੈਂ ਟੈਂ ਲਓ ਜੀ ਆਪਣੇ ਕੋਰੀਅਰ ਵੀ ਆ ਜਿਹੜੇ ਹੁਣ ਉਹ ਘਰੇ ਆਉਣ ਲੱਗ ਪਏ ਆ ਤੇ ਆਪਾਂ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਘਰ ਹੀ ਆਪਣੇ ਕੋਰੀਅਰ ਆ ਜਾਇਆ ਕਰਨੇ ਆ ਕੀ ਕਰਨ ਲੱਗੇ ਆ ਗੱਦੇ ਸਹੀ ਕਰਨਾ ਉੱਤੋਂ ਇੱਕ ਲੇਅਰ ਪਾੜਤੀ ਕਿਉਂਕਿ ਦੇਖੋ ਉਹਨੇ ਸਾਨੂੰ ਜਿਹੜੇ ਗੱਦੇ ਦਿੱਤੇ ਉਹ ਗੱਦੇ ਸੀ ਕੱਲੀ ਫੋਮ ਵਾਲੇ ਤੇ ਇਸ ਕਰਕੇ ਜਿਹੜਾ ਆ ਵੀ ਵਿਚਾਲੋ ਪੋਲਾ ਸੀਗਾ ਸੋ ਇਸ ਕਰਕੇ ਅਸੀਂ ਉੱਤੋਂ ਲੇਅਰ ਪਾੜ ਰਹੇ ਆ ਜੀ ਘਰ ਹੀ ਅਸੀਂ ਜਗਾਰਮੈਂਟ ਕਰ ਰਹੇ ਆ ਪਹਿਲਾਂ ਅਸੀਂ ਗਏ ਸੀ ਉਹਦੇ ਕੋਲੇ ਪੁੱਛਣ ਇਸ ਚੀਜ਼ ਬਾਰੇ ਉਹ ਕਹਿੰਦਾ ਵੀ ਨਹੀਂ ਕੋਈ ਗਰੰਟੀ ਨਹੀਂ ਜੇਕਰ ਤੁਸੀਂ ਹੁਣ ਲਫਾਫੇ ਵੀ ਤਾਰਤੇ ਅਸੀਂ ਨਹੀਂ ਵਾਪਸ ਕਰ ਦਿੱਤਾ ਉਹਦਾ ਬੈਗ ਕਰਨ ਲੱਗ ਪਿਆ ਸੋ ਇਸ ਕਰਕੇ ਫਿਰ ਅਸੀਂ ਸੋਚਿਆ ਵੀ ਹੁਣ ਕਾਹਤੇ ਕਿਸੇ ਨਾਲ ਬੈਸਣਾ ਟੱਕਰਦੇ ਹੁੰਦੇ ਆ ਹਨਾ ਹਰੇਕ ਸ਼ਹਿਰ ਦੇ ਵਿੱਚ ਹਰੇਕ ਥਾਈ ਜਦੋਂ ਜਾਂਦੇ ਆ ਠੀਕ ਹੈ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਘਰੇ ਹੀ ਇਹਦਾ ਕਿਉਂਕਿ ਮੇਰੀ ਬੈਕ ਪੇਨ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਗੱਦੇ ਬਹੁਤ ਜ਼ਿਆਦਾ ਹਾਰਡ ਆ ਜਿਹਦੇ ਕਰਕੇ ਦੋ ਤਿੰਨ ਦਿਨਾਂ ਤੋਂ ਮੇਰੀ ਬੈਕ ਫੇਰ ਦੁਖਣ ਲੱਗ ਪਈ ਇਸ ਕਰਕੇ ਹੁਣ ਮਹਿਕਦੀਪ ਉੱਪਰੋਂ ਇਹਦੀ ਲੇਅਰ ਲਾ ਦੇਣਗੇ ਜਿਹਦੇ ਨਾਲ ਇਹ ਜਿਹੜਾ ਆ ਗੱਦਾ ਇੱਥੋਂ ਸੌਫਟ ਹੋ ਜਾਊਗਾ ਮੇਰੀ ਬੱਡੀ ਮੂਹੀ ਦੇਖੋ ਕਿੱਦਾਂ ਸੁੱਤੀ ਪਈ ਆ ਬੈੱਡ ਵਿੱਚ ਸਾਡੇ ਨਾਲ ਹਰ ਕੰਮ 'ਚ ਟ੍ਰੈਜਡੀ ਹੁੰਦੀ ਆ ਪਹਿਲਾਂ ਗੱਦਿਆਂ ਦੀ ਹੋਈ ਫਿਰ ਆ ਝਾੜੂ ਦਾ ਟੁੱਟ ਗਿਆ ਇਹਦੇ 'ਤੇ ਵੀ ਦੇਸੀ ਜਗਾੜ ਸੈਲੋ ਟੇਪ ਅਤੇ ਇੱਥੇ ਵੀ ਆ ਹੁਣੇ ਦੇਸੀ ਜਗਾੜ ਲਾਇਆ ਪੋਚੇ ਦੀ ਬਾਲਟੀ ਵਿੱਚ ਕੀ ਕਹਿਣਾ ਚਾਹੋਗੇ ਇਦੋਂ ਨੋ ਮਾਲੋ ਉਹ ਵੇਲਾ ਚਾਵੇ ਨਾ ਚਾਵੇ ਨਾ ਚਾ 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 3 ਤਰੀਕ ਨੂੰ ਆ ਰਹੀ ਆ ਵੈਬ ਸੀਰੀਜ਼ ਮਨੀਸਟ ਕਿੰਨੇ ਦਿਨ ਰਹਿ ਗਏ 17 ਤਰੀਕ ਆ ਜੀ 17 ਦਿਨ ਰਹਿ ਗਏ ਟੋਟਲੀ 15 ਦਿਨ ਉਦੋਂ ਪਹਿਲਾਂ ਅਸੀਂ ਕੀ ਲਵਾਣਾ ਨਾ ਵਾਈਫਾਈ ਕਿਉਂਕਿ ਅਸੀਂ ਦੇਖਣੀਆਂ ਮਨੀ ਹਜੇ ਸਾਡੀ KGF ਵੀ ਹਜੇ ਤੱਕ ਨਹੀਂ ਆਈ ਉਹ ਵੀ ਮੂਵੀ ਬਹੁਤ ਘੈਂਟ ਆ ਉਹ ਮੈਂ ਕਿੰਨੀ ਵਾਰ ਦੇਖ ਚੁੱਕੀ ਹਾਂ ਮਹਿਕਦੀਪ ਜ਼ਿਆਦਾ ਵਾਰੀ ਦੇਖ ਚੁੱਕੀ ਹਾਂ ਵੈਸੇ ਆ ਸ਼ੀਸ਼ੇ ਵਾਲਾ ਤਾਂ ਚੈਬੇ ਕੱਢਤਾ ਇੱਥੇ ਲਵਾ ਕੇ ਹਨਾ ਬੜੀ ਦਾ ਸਾਬਣ ਆ ਗਿਆ ਤੇ ਬੜੀ ਕਹਿੰਦਾ ਵੀ ਮੈਂ ਨਹਾਉਣਾ ਨਹੀਂ ਖਾਣੀ ਆ ਬੜੀ ਮਤਲਬ ਜੀ ਸਾਡੇ ਘਰੇ ਫਿਰ ਤੋਂ ਗੈਸਟ ਆਉਣ ਲੱਗੇ ਆ ਸੋ ਇਸ ਕਰਕੇ ਅਸੀਂ ਗੰਢੇ ਨਵੇਂ ਕੱਦੂਕਸ ਦੇ ਵਿੱਚ ਖੱਟੇ ਖੱਟੇ ਚ ਕਰ ਰਹੇ ਹਾਂ ਆ ਵਧੀਆ ਆਇਟਮ ਹੈ ਨਾ ਮੈਨੂੰ ਦੇਖੋ ਵਧੀਆ ਚੀਜ਼ ਹੈ ਪਾਪੇ ਨੇ ਮੰਗਾਈ ਸੀ ਇਹ ਜਦੋਂ ਬਾਹਰ ਸੀਗੇ ਆਨਲਾਈਨ ਮੰਗਾਈ ਸੀ ਪਾਪੇ ਪਰ ਪਾਪੇ ਨੇ ਕਿਸੇ ਨੂੰ ਵਰਤਣ ਨਹੀਂ ਦਿੱਤੀ ਸੀ ਕਹਿੰਦੇ ਸੀ ਜਦੋਂ ਜੋਤ ਆਉਗੀ ਉਦੋਂ ਜੋਤ ਹੀ ਵਰਤੂਗੀ ਸੋ ਪਾਪਾ ਜੀ ਅਸੀਂ ਕੱਦੂਕਸ ਕਰ ਰਹੇ ਹਾਂ ਇਹਦੇ ਨਾਲ ਕਿਉਂਕਿ ਅਸੀਂ ਹੋਰ ਚੀਜ਼ਾਂ ਨੂੰ ਓਵਰਲੋਡ ਹੋ ਜਾਈਦਾ ਸੀ ਬ੍ਰੈਡਾਂ ਦੀ ਭਾਜੀ ਨੇ ਸੋ ਅੱਜ ਸੋਚਿਆ ਕਿ ਅੱਜ ਉਹ ਆ ਰਹੇ ਨੇ ਫਿਰ ਤੋਂ ਆਪਾਂ ਅੱਜ ਉਹਨਾਂ ਲਈ ਮੈਂ 3 ਵਾਰੀ ਸਮਾਨ ਲਿਆ 3 ਵਾਰੀ ਪੈਸੇ ਪੇ ਕੀਤੇ ਕਿਉਂਕਿ ਹਰ ਵਾਰੀ ਮੈਂ ਭੁੱਲ ਜਾਂਦਾ ਸੀ ਕੁਛ ਨਾ ਕੁਛ ਬ੍ਰੈਡ ਲਾਸਟ 'ਤੇ ਲਏ ਲਓ ਜੀ ਢਾਡੇ ਕਹਿਣ ਵਾਲਾ ਟੋਸਟਰ ਲਾ ਤਾ ਅਤੇ ਉੱਧਰ ਕੱਕਾ ਪਈ ਜਾਂਦਾ ਪੂਰਾ ਸਾਡਾ ਕਾਕਾ ਸੁੱਤਾ ਪਿਆ ਅਮੂਲ ਚੀਜ਼ ਖਾਤਾ ਹੈ ਮੋਟੂ ਇੱਧਰ ਇਹ ਸੌਸ ਲਾ ਕੇ ਜੀਤ ਬਾਈ ਆ ਗਿਆ ਹਾਂਜੀ ਜੀਤ ਨੂੰ ਸਪੈਸ਼ਲ ਹੈ ਵੀ ਜੀਤ ਭਾਈ ਆ ਜਾ ਇੱਧਰ ਦੇਖ ਕਿਵੇਂ ਬਣ ਰਹੇ ਆ ਆਏ ਹਾਏ ਉੱਧਰ ਦੇਖੋ ਆਟੋ ਕੱਟ ਵੀ ਹੋ ਗਿਆ ਰੱਖਤਾ ਪਹਿਲਾਂ ਸੈਂਡਵਿਚ ਪਰ ਇਹ 3 ਵਾਲਾ ਜੋਤ ਸਾਈਪ੍ਰਸ ਵਾਲਾ ਕੰਮ ਟੈਸਟ ਕਰ ਰਹੀ ਹੈ ਵੀ 3 ਵਾਲਾ ਆ ਜੂ 3 ਵਾਲਾ ਜੋਤ ਮੈਨੂੰ ਲੱਗਦਾ ਨਹੀਂ ਕਾਮਯਾਬ ਨਹੀਂ ਹੋਣਾ ਵਿਚਾਲੇ ਕਰਕੇ ਰੱਖ ਲਓ ਬੰਦ ਕਰੋ ਪ੍ਰੈਸ ਕਰੋ ਉਹ ਹੋ ਜਾਣਾ ਨਾ ਪ੍ਰੈਸ ਕਰੋ ਇਸ ਕਰਕੇ ਧਰਮ ਪਤਨੀ ਸਤਿਕਾਰਯੋਗ ਨੇ ਇਸ ਕਰਕੇ ਮੈਨੂੰ ਹੁਕਮ ਦਿੱਤਾ ਕਿ ਹੁਣ ਲੋਕ ਨਹੀਂ ਲਾਉਣਾ ਕਰਕੇ ਸਾਰੇ ਜਾਣੇ ਦੱਸਿਓ ਵੀ ਲਾਈਟਰ ਕਿੱਥੋਂ ਮਿਲਣਾ ਸਾਨੂੰ ਗੈਸ ਵਾਲਾ
मैं जल्दी लेके आना क्योंकि अज फिर मैं तीर पिछे गाला पाया मेरी अणख जागी पई है पर मैं लभदा नहीं कितों एक जगह तो लभ्या तो सीगा पर उत्थे महंगा बहुत सीगा इस गंदे जे शीशे वेखे तुसीं बाहर देखो मैं फोन भी लग गया हैलो आ जाओ स्वागत ही है थोड़ा कैमरा लाया पाया नहीं नहीं आ देखो रसोई बेच दी मैं वीडियो बनाई ना उतर के बारी खोलो आओ लाया मारी एंट्री है लो भी मैगी सैंडविच बंदे दो खाने पिंड फिर रात को खुलता शहर सो इस करके दिन सोया करा हम आप रात को जागया करा धुप्पे निकलिया करना गोरिया में बराबर हो जाना गोरे लो भी आप पहुंचे वी आर मॉल ते पार्किंग चलाती गड्डी 25.5 रुपया दी शॉपिंग करनी अज जोत ने शॉपिंग करनी मैं जोत ने अज 25.5 रुपया दी ਮੈਨੂੰ ਪਸੰਦ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਪਾਣੀ ਦੀ ਪਾਲਟੀ ਇੱਕ ਇੱਕ ਬੋਤਲ ਪਾਣੀ ਦੀ ਪਾਲਟੀ ਜੋਤ ਅੰਦਰ ਨੂੰ ਜਾਂਦੀ ਧੱਕੇ ਨਾ ਸ਼ੋ I like the expensive gift. Wow, 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 wow. Oh. Jyot, you know, I like expensive gifts. Yes, hair is very expensive. Yes. Okay. Hey, Rath, you're going to be scared. Look. 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 ਲੋ ਵੀ ਪੇਟ ਪੂਜਾ ਹੋ ਗਈ ਤੇ ਢਿੱਡ ਭਰ ਕੇ ਜਮਾ ਅਸੀਂ ਵੀ ਭੁੱਖੇ ਸੀ ਇਸ ਕਰਕੇ ਅਸੀਂ ਸ਼ਾਰਟ ਲੈਣਾ ਭੁੱਲ ਗਏ ਕਿੱਧਰ ਆ ਅੱਛਾ ਉਧਰ ਹੁਣ ਆਪਾਂ ਚੱਲੇ ਆ ਕਹਿੰਦੇ ਉਹ ਖੇਡਣ ਚੱਲੇ ਆ ਕੁਛ ਭੈਣ ਕਹਿੰਦੀ ਵੀ ਖੇਡਣਾ ਹੀ ਖੇਡਣਾ ਆ ਲੋ ਵੀ ਆ ਚੀਜ਼ ਤੇ ਆ ਗਏ ਕਹਿੰਦੇ ਇਸ ਚੀਜ਼ ਤੇ ਉਹ ਕਰਾਉਣਾ ਯਾਰ ਸਾਡੇ ਸਾਨੂੰ ਬਲੀ ਦਾ ਬੱਕਰਾ ਬਣਾਉਂਦੀਆਂ ਇਹ ਹਰ ਵਾਰੀ ਮੈਂ ਤੈਨੂੰ ਫੜੂੰਗੀ ਬਾਈ ਕੜਾ ਕੇ ਪਿਆ ਕਿਹੜਾ ਬਾਈ ਕਹਿੰਦਾ ਹੌਲੀ 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 ਸਿੱਧਾ ਕਿਹੜੇ ਕਹਿੰਦੇ ਨਾ
रंग ना पै जे बस वापस आ गए सीगे ते अज फिर बाई अर्गे हुण साडे कोल रुकिआ गद्दे फिर लग गए बत साडे घर दे गद्दे आ हुण आपां लगे आ सौण ते गल्लां बातां मारांगे ते मैं तुहानूं इक जिहड़ी आ जरूरी दसणी सीगी इक चीज़ कि जिवें हुण थोड़े दिन पहलां 31 अक्तूबर तो बाद है ना नसलकुशी शहीदी जिहड़ा हफ्ता लंघ के गए आ सो जो इंडियन गवर्नमेंट वालों उस समय की सरकार वालों जिहड़ा परतारा परताया गया वख-वख शहरां विच जिहड़ी सिखां दी नसलकुशी की गई है ना असीं पिछले ब्लॉगों के भी बोलिया सी ते हुण भी बोलदे आ तां उहदे रिलेटड मैं तुहानूं इक गल दसणी सी कि नसलकुशी डेज़ बारे बहुत सारे लोग जिहड़े आ नहीं जाणदे है ना मैं इहनां नूं कहूँगा कि सानूं अपणियां जड़ां नहीं भुलणियां चाहीदियां मैं पहलां भी बहुत बारी बोलिया आ ऑलवेज़ हर साल ही जिहड़ा आ 5 जून 84 बारे बोलदा आ ते जो भी अपना जिहड़ा मेरा फर्ज हुंदा क्योंकि जिन्नी कि मैनूं नॉलेज आ मैनूं बोलना चंगा लगदा कि यार मैं अगे नॉलेज स्प्रैड करां ते मैं हुण भी यही कहूँगा कि जिहड़े वह दिन सी है ना पूरे इंडिया दे विच जो कतलेआम किया गया जो भीड़ां सी जां जो भी सी जिवें भी एक ऑर्गेनाइज तरीके दे नाल जिहड़ा आ सिखां दी नसलकुशी की गई है ना तो उहदे बारे जेकर कोई जानकारी लेना चाहुंदा आ तो मैं अक्का किताब दिखा रहा एक स्क्रीन ते तुसीं फोटो भी देख रहे होंगे तो मैं इहदा जिहड़ा सारा कुछ जिहड़ा आ इहदे विच दे दूंगा डिस्क्रिप्शन दे विच लिंक तुसीं कित्थों इहनूं बाय कर सकते हो और यह बहुत ही वधिया डाकूमेंट है और इहदा सिर्फ मुल जिहड़ा हैगा आ 490 रुपए ते बड़ी हुण मैनूं तंग करन लग गया तो ये भाई परमजीत सिंह गाजी संपादक है तो भाई रणजीत सिंह जी के संपादक है ये वह दास्तान जी बयान की गई है जी उन्हां दिनां दे विच जो वापरी जो लोगों ने पिंडे ते हंडाया है ना तो मैं जरूर रेकमेंड करूँगा कि जरूर इनू पढ़ियो जिहड़े किताबां पढ़न दे चाहवान आ ते जिहड़े साडे इतिहास बारे जानना चाहुंदे सो जरूर जरूर पढ़ियो क्योंकि सानू अपनी जड़ां नू कदे भुलना नहीं चाहीदा ते मैं इहदा सारा कुछ जिहड़ा बायोडाटा आ लिंक आ जो भी जित्थों तुसीं बाय कर सकदे हो मैं लिंक डिस्क्रिप्शन दे विच दे दूंगा मिलदे आ नवें ब्लॉग दे नाल चैनल नू कर दिओ सबसक्राइब आस करदे तुहानूं अज दा ब्लॉग वधिया लग्गिआ होगा मेरे नाल बहुत भैड़ी कीती इहनां ने यार उत्थे वो जिहड़ा 3D सीगा है ना वो एक ट्रैक ते चलदे सी बड़ी ज़्यादा मतलब मैंने डेंजरस जी लगी वह क्योंकि 9D आ 3D नहीं है असल 9D आ 3D तो उत्थे जलंधर भी किया हवेली तो कुछ खास नहीं लग्या सी 9D कुछ थोड़ा ज़्यादा खतरनाक हो जाता है तो काफ़ी वधिया सी इंट्रस्टिंग भी सीगा तो मैं ये भी जरूर करूँगा कि आप बुक जरूर पढ़ियो जिहड़े बुक्स पढ़न दे चाहवान आ मैनूं बहुत वधिया लगी मैं भी शुरू की हुई आ ते आस करे तुहानूं भी वधिया लगेगी तो मिलते नवें ब्लॉग दे नाल चैनल नूं सबसक्राइब कर दो लाइक कमेंट करके जरूर दस्यो कि कितना लगे ब्लॉग मिलते नवें ब्लॉग दे नाल बगड़ी ही तंग करी जांदा हुण ये कहिंदा भी मैनूं कल्ले नूं छड्ड के करे मिलते नवें ब्लॉग दे नाल।